ਤਾਂ ਸੂਬੇ ਦੇ ਨੌਜਵਾਨਾਂ ਵਾਸਤੇ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਤਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈਗਾ ਜਿੱਥੇ ਕਿ ਉਹਨਾਂ ਨੇ ਕਿਹਾ ਹੈਗਾ ਕਿ ਪੰਜਾਬ ਦੇ ਨੌਜਵਾਨਾਂ ਵਾਸਤੇ ਹੁਣ ਨੌਕਰੀਆਂ ਦਾ ਢੇਰ ਲੱਗਣ ਜਾ ਰਿਹਾ। ਜੀ ਹਾਂ, 8 ਸਤੰਬਰ ਨੂੰ 700 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। 8 ਸਤੰਬਰ ਨੂੰ ਜਿਹੜੇ ਨਵੇਂ ਪਟਵਾਰੀ ਨੇ ਉਹਨਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਜਾਣਗੇ, ਉਹਨਾਂ ਦੀ ਭਰਤੀ ਕਰਵਾਈ ਜਾਵੇਗੀ। ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ 560 ਸਬ ਇੰਸਪੈਕਟਰ ਵੀ ਭਰਤੀ ਕਰਨਗੇ। ਤਾਂ ਉਹਨਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ 1200 ਤੱਕ ਦੀਆਂ ਜਿਹੜੀਆਂ ਕਿ ਨੌਕਰੀਆਂ ਉਹ ਪੰਜਾਬ ਦੇ ਨੌਜਵਾਨਾਂ ਵਾਸਤੇ ਕੱਢੀਆਂ ਜਾਣਗੀਆਂ, ਜਿੱਥੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਉਹਨਾਂ ਦੀ ਬੇਰੁਜ਼ਗਾਰੀ ਜਿਹੜੀ ਕੀ ਆ ਉਹ ਖਤਮ ਕੀਤੀ ਜਾਵੇਗੀ। ਤਾਂ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ। ਤਾਂ 8 ਸਤੰਬਰ ਨੂੰ ਨਵੇਂ ਪਟਵਾਰੀ ਜਿਹੜੇ ਨੇ ਉਹ ਜੁਆਇਨ ਕੀਤੇ ਜਾਣਗੇ, ਜੁਆਇਨਿੰਗ ਲੈਟਰ ਉਹਨਾਂ ਨੂੰ ਦਿੱਤੇ ਜਾਣਗੇ। ਅਤੇ ਨਾਲ ਹੀ ਉਹਨਾਂ ਨੇ ਕਿਹਾ ਹੈਗਾ ਕਿ ਸੂਬੇ ਦੇ ਵਿੱਚ ਹੁਣ 560 ਜਿਹੜੇ ਕੀ ਹੈ ਸਬ ਇੰਸਪੈਕਟਰ ਵੀ ਭਰਤੀ ਕਰੇ ਜਾਣਗੇ। ਤਾਂ ਕੁੱਲ 1200 ਤੋਂ ਉੱਪਰ ਦੀਆਂ ਜਿਹੜੀਆਂ ਪੋਸਟਾਂ ਹੁਣ ਨਿਕਲ ਲਈਆਂ। ਉਹਨਾਂ ਨੇ ਕਿਹਾ ਕਿ ਕੁਝ ਦੇ ਆਉਂਦੇ ਹੋਏ ਕੁਝ ਦਿਨਾਂ ਤੱਕ 1200 ਤੋਂ ਵੱਧ ਜਿਹੜੀਆਂ ਨੌਕਰੀਆਂ ਨੇ ਉਹ ਪੰਜਾਬ ਦੇ ਨੌਜਵਾਨਾਂ ਵਾਸਤੇ ਕੱਢੀਆਂ ਜਾਣਗੀਆਂ। ਔਰ ਖੁਸ਼ੀ ਕੀ ਬਾਤ ਇਹ ਹੈ, ਆਉਣੇ ਵਾਲੇ 2 ਦਿਨੋਂ ਮੇਂ 8 ਤਾਰੀਖ ਕੋ ਔਰ 9 ਤਾਰੀਖ ਕੋ ਹਮ 600 ਸੇ ਜ਼ਿਆਦਾ 700 ਕੇ ਲਗਭਗ 700 ਕੇ ਲਗਭਗ ਪਟਵਾਰੀ ਔਰ 560 ਪੁਲਿਸ ਮੇਂ ਸਬ ਇੰਸਪੈਕਟਰ। 8 ਤਾਰੀਖ ਕੋ ਪਟਵਾਰੀ, 9 ਤਾਰੀਖ ਕੋ ਪੁਲਿਸ ਕੇ ਸਬ ਇੰਸਪੈਕਟਰ। ਇਹ ਇਸੀ 3 ਦਿਨੋਂ ਮੇਂ 1200 ਸੇ ਜ਼ਿਆਦਾ ਨੌਕਰੀਆਂ ਇਨ 3 ਦਿਨੋਂ ਮੇਂ ਹਮ ਦੇਂਗੇ ਅਗਲੇ ਆਉਣੇ ਵਾਲੇ 3 ਦਿਨ। ਔਰ ਖੁਸ਼ੀ ਕੀ ਬਾਤ ਇਹ ਹੈ, ਆਉਣੇ ਵਾਲੇ 2 ਦਿਨੋਂ ਮੇਂ 8 ਤਾਰੀਖ ਕੋ ਔਰ 9 ਤਾਰੀਖ ਕੋ ਹਮ 600 ਸੇ ਜ਼ਿਆਦਾ 700 ਕੇ ਲਗਭਗ 700 ਕੇ ਲਗਭਗ ਪਟਵਾਰੀ ਔਰ 560 ਪੁਲਿਸ ਮੇਂ ਸਬ ਇੰਸਪੈਕਟਰ। 8 ਤਾਰੀਖ ਕੋ ਪਟਵਾਰੀ, 9 ਤਾਰੀਖ ਕੋ ਪੁਲਿਸ ਕੇ ਸਬ ਇੰਸਪੈਕਟਰ। ਇਹ ਇਸੀ 3 ਦਿਨੋਂ ਮੇਂ 1200 ਸੇ ਜ਼ਿਆਦਾ ਨੌਕਰੀਆਂ ਇਨ 3 ਦਿਨੋਂ ਮੇਂ ਹਮ ਦੇਂਗੇ ਅਗਲੇ ਆਉਣੇ ਵਾਲੇ 3 ਦਿਨ। ਔਰ ਖੁਸ਼ੀ ਕੀ ਬਾਤ ਇਹ ਹੈ, ਆਉਣੇ ਵਾਲੇ 2 ਦਿਨੋਂ ਮੇਂ 8 ਤਾਰੀਖ ਕੋ ਔਰ 9 ਤਾਰੀਖ ਕੋ ਹਮ 600 ਸੇ ਜ਼ਿਆਦਾ 700 ਕੇ ਲਗਭਗ 700 ਕੇ ਲਗਭਗ ਪਟਵਾਰੀ ਔਰ 560 ਪੁਲਿਸ ਮੇਂ ਸਬ ਇੰਸਪੈਕਟਰ। 8 ਤਾਰੀਖ ਕੋ ਪਟਵਾਰੀ, 9 ਤਾਰੀਖ ਕੋ ਪੁਲਿਸ ਕੇ ਸਬ ਇੰਸਪੈਕਟਰ। ਇਹ ਇਸੀ 3 ਦਿਨੋਂ ਮੇਂ 1200 ਸੇ ਜ਼ਿਆਦਾ ਨੌਕਰੀਆਂ ਇਨ 3 ਦਿਨੋਂ ਮੇਂ ਹਮ ਦੇਂਗੇ ਅਗਲੇ ਆਉਣੇ ਵਾਲੇ 3 ਦਿਨ। ਔਰ ਖੁਸ਼ੀ ਕੀ ਬਾਤ ਇਹ ਹੈ, ਆਉਣੇ ਵਾਲੇ 2 ਦਿਨੋਂ ਮੇਂ 8 ਤਾਰੀਖ ਕੋ ਔਰ 9 ਤਾਰੀਖ ਕੋ ਹਮ 600 ਸੇ ਜ਼ਿਆਦਾ 700 ਕੇ ਲਗਭਗ 700 ਕੇ ਲਗਭਗ ਪਟਵਾਰੀ ਔਰ 560 ਪੁਲਿਸ ਮੇਂ ਸਬ ਇੰਸਪੈਕਟਰ। 8 ਤਾਰੀਖ ਕੋ ਪਟਵਾਰੀ, 9 ਤਾਰੀਖ ਕੋ ਪੁਲਿਸ ਕੇ ਸਬ ਇੰਸਪੈਕਟਰ। ਇਹ ਇਸੀ 3 ਦਿਨੋਂ ਮੇਂ 1200 ਸੇ ਜ਼ਿਆਦਾ ਨੌਕਰੀਆਂ ਇਨ 3 ਦਿਨੋਂ ਮੇਂ ਹਮ ਦੇਂਗੇ ਅਗਲੇ ਆਉਣੇ ਵਾਲੇ 3 ਦਿਨ।